श्री गुरु ग्रंथ साहब की हजूरी च बैठे साध संगत जीओ, आओ फतेह दी सांझ पाइए। और हुणे कीर्तन हो रहा सी, पहला शब्द सरवण कीता पर राजन के राजा महाराजन के महाराजा, फिर जेड़े साडे कीर्तन जत्थे दे मेन साडे शख्सियत सत्कारयोग सी, उन्होंने कहा भी दिल्ली दे तख्त ते बैठे नूं इह पता लग जे अज सिख नाम जप रहे आ। सो फतेह दी सांझ पाईए उस जज्बे चों, उसे जनून चों जो साडे गुरुआं ने साडे अंदर पैदा कीता। बोले सो निहाल, वाहेगुरु जी का खालसा वाहेगुरु जी की फतेह। कुछ गल्लां देखो, गल प्रबंधकां नूं सारे सत्कारयोग साडे मैंबर साहिबान प्रधान साहब बैठे आ, इन्हां नूं इक बेनती आ, असीं छोटे आ, थोड़े तों साडी कोई औकात नहीं आ, साडी कोई हस्ती नहीं आ, पर गल कौम आपदी जेनोसाइड दी कर रही होवे, नसल कुशी दी कर रही होवे, ते उत्थे मसले असीं 2 लख 4 लख 10 लख ये चक्के फिरीए, ये गल जचदी नहीं। ये किसी होर दिहाड़े ते गल्लां कीतियां जा सकदियां। अज जिस मकसद लई असीं इकट्ठे होए आ, जिस दर्द नूं असीं महसूस कर रहे आ, जिथे साडे नाल अज तों 35-37 साल पहला वापरी हुई एक घटना ने सारी कौम नूं अज तक सानूं हलूण दा अंदर ताईं ये वापरी क्यों, गल कौमां ते ही गल्लां क्यों वापरदियां, कोई आम घटना थोड़ी सी। साडियां धीआं भैणां दी बेपत्ती करनी, साडियां मावां नूं साडे प्योआं नूं गलां च ठहर ठहर पा के सी, कोई आम गल थोड़ी सी। असीं की किस किस मकसद लई इकट्ठे होए, ਉਹ ਜਿਹੜੀ ਘਟਨਾ ਵਾਪਰੀ ਉਹ ਇੰਨੀ ਦੁੱਖਦਾਈ ਸੀ ਕਿ ਸਾਡੇ ਤਾਂ ਰੂਹਾਂ ਅੰਦਰ ਤੱਕ ਝੰਡੋੜੀਆਂ ਜਾਣੀਆਂ ਚਾਹੀਦੀਆਂ। ਕਿਸੇ ਕੋਲੇ ਉਹ ਦਰਦ ਕਿਵੇਂ ਭੁੱਲ ਸਕਦੇ ਹਾਂ ਅਸੀਂ ਸਾਡੇ ਨਾਲ ਜੋ ਵਾਪਰਿਆ। ਬੌਧਿਕ ਪੱਧਰ ਤੇ ਗੁਰੂ ਸਾਹਿਬ ਤੋਂ ਨਤਮਸਤਕ ਹੋ ਕੇ ਆਸ਼ੀਰਵਾਦ ਲੈ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ, ਕੌਮ ਨੇ ਗੱਲ ਹੀ ਨਹੀਂ ਸਮਝੀ, ਸਾਡੇ ਨਾਲ ਵਾਅਦੇ ਕਰਦੇ ਰਹੇ ਤੁਹਾਨੂੰ ਨੌਕਰੀਆਂ ਦੇ ਦਾਂਗੇ, ਤੁਹਾਨੂੰ ਮੁਆਵਜ਼ਾ ਦੇ ਦਾਂਗੇ। ਇਹ ਨੌਕਰੀਆਂ ਮੁਆਵਜ਼ਾ ਚਾਹੀਦਾ ਕੌਮ ਨੂੰ, ਕੌਮ ਚਾਹੇਗਾ ਇੱਥੇ ਸਿਉਣੇ ਦੀਆਂ ਕੰਧਾਂ ਕਿਹੜਾ ਦਿੱਲੀ ਦੇ ਇਰਦ ਗਿਰਦ ਨਾ ਖੜੀ ਕਰਦੇ। ਆ ਕਿਸਾਨ ਅੰਦੋਲਨ ਉੱਠਿਆ ਸੀ, ਕੀ ਕੀਤਾ ਕੌਮ ਨੇ ਉੱਥੇ, ਕਿਸੇ ਚੀਜ਼ ਦੀ ਤੋਟ ਕਿਸੇ ਚੀਜ਼ ਦੀ ਘਾਟ ਗੁਰੂ ਨੇ ਆਉਣ ਦਿੱਤੀ, ਕਿਵੇਂ ਦਿੱਲੀ ਦੇ ਸਿੰਘ ਖੜ ਕੇ ਪੰਜਾਬ ਹਰਿਆਣਾ ਸਭ ਪਾਸਿਓਂ ਕਿਵੇਂ ਡਟੇ, ਕਿਸ ਲਈ ਆਪਦੇ ਹੱਥ ਲੈਣ ਖੜ ਕਰ। ਇਹੀ ਲੜਾਈ ਕਿਤੇ ਸਨ 84 ਚੋਂ 80 ਚੋਂ ਉਸ ਵੱਲੋਂ ਵਿੱਢੀ ਗਈ ਸੀ। ਇਹ ਨਸਲ ਕੁਸ਼ੀ ਸਾਡੇ ਨਾਲ ਪਹਿਲੀ ਵਾਰੀ ਨਹੀਂ ਹੋਈ, 1947 ਚ ਅਸੀਂ ਨਸਲ ਕੁਸ਼ੀ ਭੋਗੀ ਆ। ਉਸ ਵੇਲੇ ਨਸਲ ਕੁਸ਼ੀ ਨੂੰ ਇਹ ਕਹਿ ਕੇ ਸਾਡੇ ਤੋਂ ਪਾਸੇ ਕਰ ਦਿੱਤਾ ਗਿਆ ਵੀ ਉਹ ਤਾਂ ਮੁਸਲਮਾਨਾਂ ਨੇ ਕੀਤਾ ਸੀ, ਤੇ ਜਿਹੜੀ ਉਧਰ ਹੋਈ ਉਹਨਾਂ ਨੇ ਇਹ ਕਹਿਤਾ ਵੀ ਉਹ ਤਾਂ ਹਿੰਦੁਸਤਾਨ ਵਾਲਿਆਂ ਨੇ ਕੀਤਾ ਸੀ। ਉਸ ਵੇਲੇ ਸਾਡੀ ਕੌਮ ਨੇ ਇੱਕ ਨਸਲ ਕੁਸ਼ੀ ਅਸੀਂ ਐਕਸਪੀਰੀਅੰਸ ਕੀਤੀ, ਅਸੀਂ ਉਸ ਨਸਲ ਕੁਸ਼ੀ ਦੇ ਦੌਰ ਚੋਂ ਗੁਜ਼ਰੇ, ਉਹ ਕਿਸੇ ਦੇ ਨਜ਼ਰ ਨਹੀਂ ਆਈ। ਉਹ ਤਾਂ 47 ਦੇ ਦੰਗਿਆਂ ਦੇ ਨਾਂ ਤੇ ਮਸ਼ਹੂਰ, ਪਰ ਜਦੋਂ ਜਿਹੜੇ ਉੱਥੇ ਜਿਨ੍ਹਾਂ ਲੋਕਾਂ ਨੇ ਉਹ ਦਰਦ ਸਿਹਾ ਉਹਨਾਂ ਤੋਂ ਪੁੱਛ ਕੇ ਦੇਖੋ ਕੀ ਸੀ। ਉਸੇ ਤਰ੍ਹਾਂ ਫਿਰ 84 ਵੇਲੇ ਸਾਡੇ ਨਾਲ ਹੋਇਆ, ਔਰ ਇਹ ਪਹਿਲੀ ਵਾਰੀ ਸਾਡੇ ਨਾਲ ਨਹੀਂ ਹੋਇਆ। ਇਹ ਇਤਿਹਾਸ ਚ ਜਦੋਂ ਆਪਾਂ ਵਰਲਡ ਹਿਸਟਰੀ ਪੜ੍ਹਦੇ ਹਾਂ ਇਹ ਬਹੁਤ ਜ਼ਰੂਰੀ ਆ ਸਾਨੂੰ ਸਾਨੂੰ ਹਿਸਟਰੀ ਦਾ ਗਿਆਨ ਹੋਣਾ ਪੜ੍ਹਨਾ, ਬਿਕਾਜ਼ ਜਦੋਂ ਇੱਕ ਕਲਚਰ ਆਫ ਰੀਡਿੰਗ ਸਾਨੂੰ ਕੀ ਦਿੰਦਾ, ਕਲਚਰ ਆਫ ਰੀਡਿੰਗ ਸਾਨੂੰ ਥਾਟ ਪ੍ਰੋਸੈਸ ਦਿੰਦਾ।
ਅਸੀਂ ਸੋਚਦੇ ਹਾਂ ਬਹੁਤ ਇੱਕ ਲੈਵਲ ਤੇ ਇੰਟੈਲੈਕਚੁਅਲ ਲੈਵਲ ਤੇ ਜਾ ਕੇ ਸੋਚਦੇ ਹਾਂ ਐਂਡ ਸੋਚਣ ਨਾਲ ਕੀ ਹੁੰਦਾ ਦੈਨ ਵੀ ਕੈਨ ਫੀਲ ਦ ਪੇਨ महसूस की जा सकती है। एक गल्लां साडे तो खोलियां गईयां साडियां गल्लां खत्म कर दियां इन्हां ने, पर हुण आपां गल नशल कुशी दी कर रहे हां। कौम ने नशल कुशी हंडाई 47 च हंडाई 84 च हंडाई ते 84 तो बाद लगातार 2003-04 तक नशल कुशी पंजाब च कौम ने हंडाई। किसी ने अज तक पंथक विचार कह दिंदे आपां, किसी ने इस गल ते गौर नहीं कीता, किसी अपने आगू ने भी इन्हां चीजां ते कौमां लंबे समय तक विचारां करदियां रहिंदियां भी साडे नाल वापरिया क्या, ਇਹ ਸਾਡੇ ਨਾਲ 18ਵੀਂ ਸਦੀ ਚ ਵੀ ਵਾਪਰਿਆ ਸੀ, ਜਿਹਨੂੰ ਅਸੀਂ ਵੱਡਾ ਕੱਲੂ ਘਰਾ ਤੇ ਛੋਟਾ ਕੱਲੂ ਘਰਾ ਕਹਿ ਦਿੰਦੇ ਆ। ਉਹ ਵੀ ਤਾਂ ਨਸ਼ਲ ਖੁਸ਼ੀ ਸੀ ਜਦੋਂ ਇੱਕੇ ਦਿਨ ਚ ਅਬਦਾਲੀ ਨੇ ਅੱਧੀ ਕੌਮ ਖਤਮ ਕਰਤੀ ਸੀ। ਪਰ ਉਸ ਵੇਲੇ ਸਿੱਖਾਂ ਚ ਕਿਸੇ ਤਰ੍ਹਾਂ ਦਾ ਕੋਈ ਕਨਫਿਊਜ਼ਨ ਨਹੀਂ ਸੀ, ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਸੀ, ਕਿਉਂਕਿ ਉਹ ਇਹ ਕਹਿੰਦੇ ਸੀ ਮੁਸਲਮਾਨ ਵੀ ਇਹ ਸਾਡੇ ਦੁਸ਼ਮਣ ਆ, ਇਹਨਾਂ ਨੂੰ ਅਸੀਂ ਖਤਮ ਕਰਨਾ ਹੈ, ਕਾਫਰ ਆ। ਤੇ ਸਾਡੇ ਵਾਲਿਆਂ ਨੂੰ, ਸਾਡੇ ਜਰਨੈਲਾਂ ਨੂੰ ਤੇ ਸਿੱਖਾਂ ਨੂੰ ਇਹ ਪਤਾ ਸੀ ਵੀ ਇਹ ਸਾਨੂੰ ਖਤਮ ਕਰਨਾ ਚਾਹੁੰਦੇ ਆ, ਤੇ ਅਸੀਂ ਆਪਦੇ ਆਪ ਨੂੰ ਬਚਾ ਕੇ ਰੱਖਣਾ। ਕਿਉਂ ਕਿਉਂ ਜਿੱਦੇ ਗੁਰੂ ਨਾਨਕ ਸਾਹਿਬ ਨੇ 550 ਵਰਾਂ ਪਹਿਲਾਂ ਏਕਮਕਾਰ ਵਾਅਦਾ ਸੀ ਤੁਹਾਡਾ ਬਚਾਉਣ ਦਾ ਸਿਲਸਿਲਾ ਤੇ ਲੜਨ ਦਾ ਸਿਲਸਿਲਾ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ। ਇਸ ਦੁਨੀਆ ਨਾਲ ਇੱਥੇ ਆਏ ਹੋਏ ਜਾਂ ਉਹਨਾਂ ਪ੍ਰਚਲਿਤ ਧਾਰਾਵਾਂ ਨਾਲ ਜਿਹੜੀਆਂ ਸਮੇਂ ਸਮੇਂ ਤੋਂ ਮਨੁੱਖਤਾ ਦੇ ਉਲਟ ਭੁਗਤਦੀਆਂ, ਇਹੋ ਜੀ ਕੌਮ ਸਾਜੀ ਗਈ ਜਿਹੜੀ ਕਹਿੰਦੀ ਆ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣਬੋ, ਜਿਹੜੀ ਕਹਿੰਦੀ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇਕਾ ਸਭ ਜਗ ਉਪਜਾ ਕੌਮ ਭਲੇ ਕੌਮ ਮੰਦੇ, ਜਿਹੜੀ ਕੌਮ ਹਮੇਸ਼ਾ ਮਜ਼ਲੂਮਾਂ ਦੀ ਰੱਖਿਆ ਤੇ ਜੁਰਮਾਨੇ ਦੀ ਭੱਖਿਆ ਕਰਦੀ ਰਹੀ, ਕਦੇ ਆਪਦੀ ਖਾਤਰ ਨਹੀਂ ਲੜੇ, ਜਿਹੜੀ ਕੌਮ ਤੁਸੀਂ ਇਤਿਹਾਸ ਪੜ੍ਹ ਲਓ, ਸਾਡੇ ਇਤਿਹਾਸ ਚ ਕੋਈ ਇੰਨਾ ਵੀ ਨੁਕਸ ਕੱਢ ਦੇਣ ਤਾਂ ਅਸੀਂ ਆਪਦੇ ਇਤਿਹਾਸ ਤੋਂ ਪਾਸੇ ਹੋ ਜਾਵਾਂਗੇ। ਇਹਦਾ ਮਤਲਬ ਜਿਹੜੀ ਇੱਕ ਸਾਜਣਾ ਹੋਈ, ਅਕਾਲ ਪੁਰਖ ਵਾਹਿਗੁਰੂ ਨੇ ਇੱਕ ਪੰਥ ਸਾਜਿਆ, ਦਸਵੇਂ ਪਾਤਸ਼ਾਹ ਨੇ ਪੰਥ ਸਾਜਿਆ, ਉਸ ਕੌਮ ਨੂੰ ਅੱਜ ਤੁਸੀਂ 47 ਤੋਂ ਲੈ ਕੇ ਅੱਜ ਤੱਕ ਨਸ਼ਲ ਖੁਸ਼ੀ ਤੇ ਹੀ ਰੱਖਣਾ। ਔਰ ਇਹ ਕਿੱਥੋਂ ਪੈਦਾ ਹੁੰਦੀ ਹੈ ਗੱਲ, ਇਹ ਬਾਈ ਜੀ ਕਹਿ ਰਹੇ ਆ ਟਾਈਮ ਥੋੜ੍ਹਾ, ਗੱਲਾਂ ਬਹੁਤ ਗੰਭੀਰ ਆ, ਸਾਡੀ ਸਮਝ ਸਰਫੇਸ ਲੈਵਲ ਤੇ ਸਤਹੀ ਲੈਵਲ ਤੇ ਹੈ, ਸਾਨੂੰ ਮਸਲਿਆਂ ਦਾ ਪਤਾ ਨਹੀਂ ਹਜੇ, ਸਾਨੂੰ ਸਮਝ ਹੀ ਨਹੀਂ। ਕਈ ਵਾਰੀ ਇਹ ਕੌਮਾਂ ਭੁਲੇਖਾਂ ਵੀ ਪਾ ਲੈਂਦੀਆਂ ਵੀ ਸਾਨੂੰ ਮਸਲਿਆਂ ਦਾ ਪਤਾ ਪਰ ਹੱਲ ਨਹੀਂ ਨਿਕਲ ਰਿਹਾ। ਜੇ ਮਸਲਿਆਂ ਦਾ ਪਤਾ ਹੋਵੇ ਤਾਂ ਹੱਲ ਨਿਕਲੇ ਆਉਂਦੇ ਹੁੰਦੇ ਆ, ਹੱਲ ਕੱਢਣੇ ਔਖੇ ਨਹੀਂ ਹੁੰਦੇ, ਪਰ ਹਜੇ ਅਸੀਂ ਇਹ ਗੱਲ ਸਮਝ ਲਈਏ ਵੀ ਸਾਨੂੰ ਮਸਲਿਆਂ ਦਾ ਨਹੀਂ ਪਤਾ। ਇੱਥੇ ਹੁਣ ਜੇ ਆਪਾਂ ਸੰਖੇਪ 'ਚ ਗੱਲ ਕਰੀਏ, ਜਦੋਂ ਆਪਾਂ ਗੱਲ ਨਸ਼ਲਕੁਸ਼ੀ ਦੀ ਕਰਨੀ ਆ ਨਾ ਤੇ ਆ ਕੇ ਉਹਦੇ 'ਤੇ ਪੰਥਕ ਵਿਚਾਰਾਂ ਕਰਨੀਆਂ, ਫਿਰ ਟਾਈਮ ਹੋਣਾ ਚਾਹੀਦਾ। ਵਾਕਈ ਇੱਥੇ ਕਾਫੀ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ, ਸਾਡੇ ਕੋਲ ਸਮਾਂ ਘੱਟ ਆ, ਪਰ ਗੱਲ ਇਹ ਆ ਵੀ ਮਸਲਾ ਹੈ ਹੀ ਬਹੁਤ ਗੰਭੀਰ, ਇਹਨੂੰ ਮੈਂ ਬਹੁਤ ਛੇਤੀ ਸਮੇਟਦਾ ਕਿਸੇ ਹੋਰ ਦਿਨ। ਆਪਾਂ ਜਿਹੜੇ ਬੰਦੇ ਇੰਟਲੈਕਚੁਅਲ ਲੈਵਲ ਤੇ ਸਿਸਟਮ ਨੂੰ ਸਟਰਕਚਰ ਨੂੰ ਸਮਝਣਾ ਚਾਹੁੰਦੇ ਆ, ਆਪਾਂ ਇੱਕ ਕਾਨਫਰੰਸ ਰੱਖੀਏ ਜਿੱਥੇ ਇਹ ਗੱਲਾਂ ਕੀਤੀਆਂ ਜਾਣ, ਉਦੇ ਗੁਰਦੁਆਰਾ ਸਾਹਿਬ ਚ ਆ ਕੇ ਆਪਾਂ ਬੈਠੀਏ ਤੇ ਇਹ ਗੱਲਾਂ ਕੀਤੀਆਂ ਜਾਣ ਤੇ ਗੱਲਾਂ ਨੂੰ ਸਮਝਿਆ ਜਾਵੇ। ਹੁਣ ਗੱਲ ਇਹ ਪ੍ਰਚਾਰੀ ਗਈ ਵੀ ਅਸੀਂ 84 ਚ ਇੰਦਰਾ ਗਾਂਧੀ ਦਾ ਕਤਲ ਕਰਤਾ ਸੀ ਤਾਂ ਸਾਡੇ ਨਾਲ ਐਂ ਹੋਇਆ, ਜਦੋਂ ਨਸ਼ਲਕੁਸ਼ੀ ਦਾ ਇੰਪਲਸ ਉੱਠਦਾ ਨਾ ਕਿਤੋਂ ਕਿਸੇ ਸਿਸਟਮ 'ਚ ਕਿਸੇ ਸੁਸਾਇਟੀ 'ਚ ਉੱਠਦਾ, ਉਹ ਇਸ ਕਰਕੇ ਕਿਸੇ ਘਟਨਾ ਦੇ ਸਪੈਸੀਫਿਕ ਨਹੀਂ ਹੁੰਦਾ, ਉਹ ਕਿਸੇ ਘਟਨਾ ਕਰਕੇ ਨਹੀਂ ਉੱਠਦਾ। ਫਿਰ ਤਾਂ ਰਾਜੀਵ ਗਾਂਧੀ ਨੂੰ ਵੀ ਅਸੈਸੀਨੇਟ ਕੀਤਾ ਸੀ, ਉਦੋਂ ਨਸ਼ਲਕੁਸ਼ੀ ਨਹੀਂ ਹੋਈ। ਫਿਰ ਤੁਸੀਂ ਇਹ ਦੇਖੋ ਵੀ ਨੱਥੂ ਰਾਮ ਗੋਂਡਸੇ ਨੇ ਮਹਾਤਮਾ ਗਾਂਧੀ ਨੂੰ ਫਾਦਰ ਆਫ ਦਾ ਨੇਸ਼ਨ ਨੂੰ ਗੋਲੀ ਮਾਰੀ ਸੀ, ਉਦੋਂ ਕਿਉਂ ਨਹੀਂ ਨਸ਼ਲਕੁਸ਼ੀ ਹੋਈ? ਪਰ ਸਾਡੇ ਨਾਲ ਹੀ ਨਸ਼ਲਕੁਸ਼ੀ ਕਿਉਂ ਹੋਈ? ਇਹ ਸਵਾਲ ਤਾਂ ਪੁੱਛੋ ਆਪਦੇ ਆਪ ਨੂੰ। ਇਸੇ ਤਰ੍ਹਾਂ
जे असी देखिए साडा एक एक एक्सप्रेशन सी किसान अंदोलन का, लाल किले वाल नूं किसान हो गए, हालांकि मैनू बड़ा प्रचारिया गया भी दीप सिद्धू लै गया, मतलब चारे पासों ही लोगों दीप सिद्धू लै गया, एडा किड्डा लीडर या दीप सिद्धू कोले किहड़ा इह गिद्दड़ सिंगी आ भी दीप सिद्धू लै जू सब नूं, उह तां इक वहिण सी लोगों का, उत्थे जाके किसी ने कुछ नहीं किया, एक खाली पोल ते निशान साहब ते किसानी झंडा लाता, यह गल सुनन नूं मिली भी 84 वापस कुछ करते हैं तो दिल्ली च बैठे हुए सिखां ते जुल्म होंदा, दिल्ली ते पंजाब दे सिख वखरे नहीं आ, ए सिस्टम नूं समझा, जे उह पंजाब च होई घटना खातर थोड़े ते जुल्म करदे आ इहदा मतलब इहनां नूं पता इकट्ठे आ, इहनां दी इंस्पीरेशन कित्थों मिलदी आ, इहनां नूं इह जज्बा कित्थों मिलदा, इह श्री गुरु ग्रंथ साहिब तों मिलदा, इह इकट्ठे आ, पर सानूं समझ नहीं आ, पर सानू समझ नहीं आ, सानू वंड दिता जाता भी यह पंजाब वाले कुछ करते हैं या धक्का साडे नाल हो जाता, दिल्ली का सिख या होर इंडिया च बैठा सिख या बाहरला बैठा सिख, तुसी ना पंजाब नालों टुटे हो ना पंजाब थोड़े नालों टुटिया, साडी तां डोर ही सांझी आ, साडा तां सजदा ही सांझा, सो इस करके गल्लां नूं समझना, जदों 47 च इक स्ट्रक्चर पैदा होया ना इस देश च, स्ट्रक्चर पैदा होया, आपां 2 मिनट होर लाऊंगा जी बस, जमहूरियत डेमोक्रेटिक स्ट्रक्चर पैदा होया, प्रॉब्लम उत्थे ही पैदा होगी, ਉਹ ਸਟਰਕਚਰ ਇੱਕ ਨੇਸ਼ਨ ਸਟੇਟ ਬਣਾਈ ਗਈ, ਨੇਸ਼ਨ ਸਟੇਟ ਦਾ ਇੱਕ ਫਲਸਫਾ ਹੁੰਦਾ ਵੀ ਆਰ ਆ ਨੇਸ਼ਨ, ਵੀ ਆਰ ਵਨ ਨੇਸ਼ਨ, ਅਸੀਂ ਇੱਕ ਦੇਸ਼ ਹਾਂ, ਵਾਕਈ ਅਸੀਂ ਇੱਕ ਦੇਸ਼ ਹਾਂ, ਪਰ ਇੱਕ ਦੇਸ਼ 'ਚ ਇੰਨੀ ਜ਼ਿਆਦਾ ਐਥਨੀਸਿਟੀ ਡਾਇਵਰਸਿਟੀ ਰਿਲੀਜੀਅਸ ਡਾਇਵਰਸਿਟੀ ਹੋਵੇ ਉੱਥੇ ਸਾਰਿਆਂ ਨੂੰ ਇੱਕ ਕੌਮ ਕਹਿਣਾ ਇਹ ਕਿੱਥੋਂ ਕੁ ਤੱਕ ਦਾ ਨਿਆਂ, ਅਸੀਂ ਤਾਂ ਸਾਡੇ ਗੁਰੂ ਨੇ ਤਾਂ ਇਹ ਕਿਹਾ ਸੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ, ਜਦੋਂ ਮੁਗਲ ਦਰਬਾਰ 'ਚ 10ਵੇਂ ਪਾਤਸ਼ਾਹ ਨੂੰ ਸ਼ਾਹੀ ਕਾਜ਼ੀ ਨੇ ਸਵਾਲ ਪੁੱਛਿਆ ਸੀ ਨਾ ਵੀ ਧਰਮ ਤੁਮਾਰਾ ਖੂਬ ਕਿ ਹਮਾਰਾ ਖੂਬ, ਗੁਰੂ ਸਾਹਿਬ ਨੇ 2 ਲਾਈਨਾਂ 'ਚ ਜਵਾਬ ਦਿੱਤਾ ਸੀ, ਹੁਣ ਸਵਾਲ ਬਹੁਤ ਵੱਡਾ ਸੀ, ਜੇ ਮੁਗਲ ਦਰਬਾਰ 'ਚ ਬੈਠੇ ਆ ਬਹਾਦਰ ਸ਼ਾਹ ਦਾ ਦਰਬਾਰ ਆ, ਜੇ ਇਹ ਕਹਿ ਦੇਣ ਵੀ ਤੁਹਾਡਾ ਧਰਮ ਚੰਗਾ ਨਹੀਂ ਆ, ਕਹਿਣਗੇ ਤੁਸੀਂ ਤਾਂ ਯਾਰ ਸਾਡੀ ਬੇਇੱਜ਼ਤੀ ਕਰਦੇ ਹੋ, ਤੇ ਜੇ ਇਹ ਕਹਿ ਦੇਣ ਸਾਡਾ ਧਰਮ ਵੱਡਾ ਫਿਰ ਵੀ ਉਹੀ ਗੱਲ, ਜੇ ਉਹਨਾਂ ਦਾ ਵੱਡਾ ਕਹਿੰਦੇ ਫਿਰ ਉਹ ਕਹਿੰਦੇ ਵੀ ਆਪਦੇ ਵਾਲਾ ਛੱਡ ਕੇ ਸਾਡੇ ਵੱਲ ਨੂੰ ਆ ਜਾ, ਗੁਰੂ ਸਾਹਿਬ ਕਹਿੰਦੇ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ, ਹੁਣ ਜਿਹੜੇ ਦੇਸ਼ 'ਚ ਐਡੀ ਵੱਡੀ ਡਾਇਵਰਸਿਟੀ ਆ, ਐਥਨੀਸਿਟੀ, ਵੱਖਰੀਆਂ ਭਾਸ਼ਾਵਾਂ, ਵੱਖਰਾ ਕਲਚਰ, ਵੱਖਰੀ ਸੋਚ, ਵੱਖਰਾ ਇਨਵਾਇਰਮੈਂਟ, ਜਿਹੜਾ ਵਾਤਾਵਰਨ, ਉੱਥੇ ਤੁਸੀਂ ਇੱਕ ਕੌਮ ਜਾਂ ਵੀ ਆਰ ਵਨ ਨੇਸ਼ਨ ਦਾ ਫਲਸਫਾ ਲਾਗੂ ਕਰ ਲਓਗੇ, ਹੋ ਹੀ ਨਹੀਂ ਸਕਦਾ, ਉੱਥੇ ਤਣਾਅ ਤੇ ਟਕਰਾਅ ਪੈਦਾ ਹੋਣਾ ਹੀ ਹੋਣਾ ਤੇ ਉਹੀ ਹੁੰਦਾ, ਪਿਛਲੇ 60 ਸਾਲਾਂ ਦਾ ਖਾਲਸਾ ਰਾਜ ਇੱਕ ਵੀ ਦੰਗਾ ਨਹੀਂ, ਇੱਕ ਵੀ ਫਾਂਸੀ ਨਹੀਂ, ਤੇ 70-75 ਸਾਲਾਂ ਦਾ ਇਤਿਹਾਸ ਇੰਡੀਅਨ ਸਟੇਟ ਦਾ, ਕਿੰਨੇ ਦੰਗੇ, ਕਿੰਨੀਆਂ ਫਾਂਸੀਆਂ, ਕਿੰਨੇ ਮੁਕਾਬਲੇ ਸਾਡੇ ਨਾਲ ਜੋ ਵਾਪਰਿਆ ਉਹ ਸਾਹਮਣੇ ਆ, ਕਿਉਂਕਿ ਜਦੋਂ ਇੱਥੇ ਮਾਈਨੋਰਿਟੀ ਆ ਨਾ ਜਿਹੜਾ ਛੋਟਾ ਤਬਕਾ, ਉਹਨਾਂ ਦੇ ਆਪਦੇ ਫਲਸਫੇ ਹੁੰਦੇ ਆ, ਉਹਨਾਂ ਦੇ ਆਪਦੇ ਵਿਸ਼ਵਾਸ ਹੁੰਦੇ ਆ, ਉਹਨਾਂ ਨੂੰ ਸਭ ਨੂੰ ਮਿਟਾ ਕੇ ਤੁਹਾਡੀ ਪਛਾਣ ਮਿਟਾ ਕੇ ਤੁਹਾਨੂੰ ਆਪਦੇ 'ਚ ਜਜ਼ਬ ਕਰਨਾ ਇਹਨਾਂ ਨੇ, ਇਹਨੂੰ ਕਹਿੰਦੇ ਆ ਪ੍ਰੋਸੈਸ ਆਫ ਅਸਿਮੀਲੇਸ਼ਨ, ਜੇ ਤੁਸੀਂ ਅਸਿਮੀਲੇਟ ਹੋ ਗਏ ਤਾਂ ਠੀਕ ਆ, ਫਿਰ ਤੁਹਾਡੀ ਪਰਿਭਾਸ਼ਾ ਵੀ ਸਿੱਖ ਕੌਣ ਹੁੰਦਾ ਉਹ ਇਹ ਘੜਤ ਕੇ, ਸਾਨੂੰ ਨਹੀਂ ਪਤਾ ਅਸੀਂ ਕੌਣ ਆ, ਸਾਡੀ ਪਰਿਭਾਸ਼ਾ ਸਾਨੂੰ ਡਿਫਾਈਨ ਵੀ ਇਹ ਕਰਨਗੇ, ਤੇ ਜਿਹੜਾ ਅਸਿਮੀਲੇਟ ਨਹੀਂ ਹੁੰਦਾ ਉਹਨੂੰ ਐਲੀਮੀਨੇਟ ਕਰਦੇ ਆ, ਇੱਕ ਹੈਂਡ ਇਨ ਹੈਂਡ ਦੋਨੇ ਥਾਂ ਤੇ ਇਕੱਠੇ ਚੱਲਦੀਆਂ ਇਹ ਗੱਲਾਂ, ਇੱਕ ਪਾਸੇ ਜਿਹੜਾ ਬੰਦਾ ਅੱਗੇ ਅੜ ਕੇ ਖੜ ਜਾਂਦਾ ਵੀ ਮੈਂ ਆਪਦੀ ਪਛਾਣ ਆਪਦੇ ਗੁਰੂ ਤੋਂ ਪਾਸੇ ਨਹੀਂ ਹੋਣਾ, ਮੈਂ ਗੁਰੂ ਨੂੰ ਪਿੱਠ ਨਹੀਂ ਦਿਖਾਉਣੀ, ਉਹਨੂੰ ਐਲੀਮੀਨੇਟ ਕਰ ਦੇਣਗੇ, ਇਕੱਠਾ ਚੱਲਦਾ ਵਰਤਾਰਾ ਦੋਨੇ, ਪ੍ਰੋਸੈਸ ਆਫ ਅਸਿਮੀਲੇਸ਼ਨ ਐਂਡ ਐਲੀਮੀਨੇਸ਼ਨ ਨਾ। ਅਗਲੀ ਗੱਲ ਜਿਹੜੀ ਸਮਝਣ ਵਾਲੀ ਆ, ਡੈਮੋਕਰਟਾਈਜੇਸ਼ਨ ਕੀ ਹੁੰਦੀ ਆ, ਜਦੋਂ ਐਡੀ ਵੱਡੀ ਡਾਇਵਰਸਿਟੀ ਹੋਵੇ, ਵਿਆਪਕਤਾ ਹੋਵੇ, ਤੇ ਉੱਥੇ ਹਰ ਮਾਈਨੋਰਿਟੀ ਵੀ ਉੱਥੇ ਰਹਿੰਦੇ ਹੋਏ ਸੁਰੱਖਿਅਤ ਫੀਲ ਕਰੇ, ਉਹਦੇ ਤੇ ਕੋਈ ਖਤਰਾ ਨਾ ਹੋਵੇ, ਇੱਕ ਪਾਸੇ ਹਾਈ ਕੋਰਟ ਤੇ ਸਾਡਾ ਲਾਅ ਦਾ ਇੰਸਟੀਚਿਊਟ ਆ, ਉਹਦੇ ਤੇ ਭਗਵਾਂ ਝੰਡਾ ਚੜਾ ਦਿੱਤਾ ਜਾਂਦਾ, ਕੋਈ ਫਰਕ ਨਹੀਂ ਪੈਂਦਾ, ਨਿਸ਼ਾਨ ਸਾਹਿਬ ਆਪਾਂ ਲੈ ਜਾਂਦੇ ਹਾਂ ਤਾਂ ਤੁਹਾਡੀ ਨਸਲ ਖੁਸ਼ੀ ਹੋ ਜਾਣੀ ਆ,
ਇਹਦਾ ਮਤਲਬ ਇਹ ਸਟਰਕਚਰਲ ਡਿਫਾਲਟ ਆ। ਕਈ ਵਾਰੀ ਹਾਕਮ ਜਮਾਤ ਨੂੰ ਵੀ ਨਹੀਂ ਪਤਾ ਹੁੰਦਾ, ਉਹਨਾਂ ਨੂੰ ਵੀ ਲੱਗਦਾ ਯਾਰ ਸਾਡੀ ਪਾਰਟੀ ਤਾਂ ਬੜੀ ਨਿਰਪੱਖ ਆ। ਪਰ ਜੇ ਨਿਰਪੱਖ ਆ ਰਾਜ ਬਦਲ ਜਾਂਦਾ, ਸਾਨੂੰ ਪਤਾ ਲੱਗ ਜਾਂਦਾ ਪਿੱਛੇ ਪਈ ਮਾਨਸਿਕਤਾ ਨਹੀਂ ਬਦਲਦੀ। ਇਸੇ ਕਰਕੇ ਕਈ ਵਾਰੀ ਆਪਾਂ ਰਾਜ ਬਦਲ ਕਰਕੇ ਕਹਿ ਦਾਂਗੇ ਵੀ ਹੁਣ ਹਾਲਾਤ ਬਦਲ ਜਾਣਗੇ, ਹਾਲਾਤ ਫਿਰ ਉਵੇਂ ਦੇ ਉਵੇਂ ਰਹਿੰਦੇ ਆ, ਹਾਲਾਤ ਨਹੀਂ ਬਦਲਦੇ। ਸੋ ਇਹ ਸਟਰਕਚਰਲ ਡਿਫਾਲਟ ਆ ਜਿਹੜਾ ਨਸਲਕੁਸ਼ੀ ਤੇ। ਦੋ ਮਿੰਟ ਹੋਰ ਆ ਜੀ, ਇੱਕ ਸਰਕਲ ਆ, ਇਹ ਯਹੂਦੀਆਂ ਨਾਲ ਵੀ ਵਾਪਰਿਆ ਸੀ, ਉਹਨਾਂ ਦੀ ਵੀ ਨਸਲਕੁਸ਼ੀ ਹੋਈ ਸੀ। ਉਹਨਾਂ ਨੇ ਇਹ ਗੱਲ ਸਮਝ ਲਈ ਵੀ ਹੁਣ ਅਸੀਂ ਇਸ ਇੱਕ ਸਰਕਲ ਦਾ ਜਦੋਂ ਇੱਕ ਲੂਪ ਆਊਗਾ ਨਾ ਉਹਦੇ ਤੋਂ ਐਸਕੇਪ ਕਰਨਾ। ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਕੌਮ ਆਪਦੀ ਕੌਮ ਦੀ ਨਸਲਕੁਸ਼ੀ ਨਹੀਂ ਕਰਾਉਣੀ, ਪਰ ਸਾਡਾ ਕੋਈ ਬੰਦਾ ਨਹੀਂ ਸਮਝ ਸਕੇ। ਅਸੀਂ 47 'ਚ ਨਹੀਂ ਸਮਝਿਆ, ਅਸੀਂ 84 'ਚ ਨਹੀਂ ਸਮਝਿਆ, ਅਸੀਂ 92 ਤੋਂ 2003 ਤੱਕ ਨਹੀਂ ਸਮਝਿਆ। ਉਹ ਸਰਕਲ 'ਚ ਅੱਜ ਵੀ ਅਸੀਂ ਉੱਥੇ ਹੀ ਬੈਠੇ ਹਾਂ। ਅੱਜ ਵੀ ਅਸੀਂ ਇਹ ਕਹਿ ਰਹੇ ਹਾਂ ਵੀ ਆਹ ਆਪਦਾ ਐਕਸਪ੍ਰੈਸ਼ਨ ਨਾ ਕਰੋ ਯਾਰ, ਸਾਡਾ ਸਾਡੇ ਬੰਦਿਆਂ ਨੂੰ ਮਾਰ ਦੇਣਗੇ। ਜੇ ਤੁਹਾਡੇ 'ਚ ਇੰਨੀ ਇਨਸਿਕਿਉਰਿਟੀ ਰੱਖ ਕੇ ਤੁਸੀਂ ਕਿਤੇ ਜਿਉਂ ਰਹੇ ਹੋ ਤਾਂ ਤੁਸੀਂ ਫਸਟ ਗ੍ਰੇਡ ਸਿਟੀਜ਼ਨ ਆਪਦੇ ਆਪ ਨੂੰ ਮੰਨ ਸਕਦੇ ਹੋ? ਕੋਈ ਹੋਰ ਕੌਮ ਇਹ ਗੱਲ ਕਹਿ ਰਹੀ ਹੈ ਇੱਥੇ ਵੀ ਉਹ ਆਪਦਾ ਐਕਸਪ੍ਰੈਸ਼ਨ ਨਾ ਕਰੇ ਤੇ ਉਹਨਾਂ ਦੀ ਨਸਲਕੁਸ਼ੀ ਹੋ ਜੂਗੀ? ਸੋ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ। ਹਾਂਜੀ, ਜਿਹੜੀ ਅਸੀਂ ਅੱਜ ਮਹਿਸੂਸ ਕਰ ਰਹੇ ਹਾਂ ਤੇ ਜਿਹੜੀ ਡੈਮੋਕਰਟਾਈਜੇਸ਼ਨ ਆ ਜਾਂ ਡੈਮੋਕਰੇਸੀ ਆ ਉਹ ਹਮੇਸ਼ਾ ਆਪਦੀ ਮਾਈਨੋਰਿਟੀ ਨੂੰ ਸੁਰੱਖਿਅਤ ਮਹਿਸੂਸ ਕਰਾਉਂਦੀ ਆ। ਸੋ ਗੱਲ ਇੱਥੇ ਆਰਥਿਕ ਨਹੀਂ ਆ, ਗੱਲ ਮੁਆਵਜ਼ੇ ਲੈਣ ਦੀ ਨਹੀਂ ਆ, ਗੱਲ ਸਾਡੀ ਪਛਾਣ ਦੀ, ਸਾਡੇ ਫਲਸਫੇ ਦੀ ਤੇ ਸਾਡੇ ਗੁਰੂ ਦੀ ਆ। ਜੇ ਗੁਰੂ ਨੂੰ ਪਿੱਠ ਵਿਖਾਉਣੀ ਆ ਤਾਂ ਤੁਸੀਂ ਬਾਈ ਜੀ ਅਸਿਮੀਲੇਟ ਹੋ ਜਾਓ, ਕੋਈ ਚੱਕਰ ਨਹੀਂ। ਪਰ ਜੇ ਗੁਰੂ ਵਾਲੇ ਬਣ ਕੇ ਰਹਿਣਾ ਜਿਹਨੇ ਸਰਦਾਰੀਆਂ ਪਾਤਸ਼ਾਹੀਆਂ ਦੇ ਹੀ ਦੇਣੀਆਂ, ਉਹ ਟਾਈਮ ਦੀ ਗੱਲ ਹੁੰਦੀ ਆ। ਫਿਰ ਤੁਹਾਨੂੰ ਆਪਦੀ ਪਛਾਣ ਵੀ, ਆਪਦਾ ਫਲਸਫਾ ਵੀ ਤੇ ਆਪਦੇ ਗੁਰੂ ਨੂੰ ਵੀ ਇਹਦੇ ਨਾਲ ਨਿਭਣਾ ਪਊਗਾ, ਇਹ ਸਿਧਾਂਤ ਦੇ ਨਾਲ ਨਿਭਣਾ ਪਊਗਾ। ਸੋ ਆਪਾਂ ਗੱਲ ਉਹ ਸਰਕਲ ਦੀ ਕਰ ਰਹੇ ਸੀ। ਉਹ ਸਰਕਲ ਆਉਂਦਾ ਉਹਦਾ ਉਸ ਲੂਪ 'ਚੋਂ ਐਸਕੇਪ ਕਰਨਾ ਕੌਮ ਦੇ ਲੀਡਰਾਂ ਦੀ ਡਿਊਟੀ ਹੁੰਦੀ ਆ। ਉਹਨੂੰ ਜੇ ਅਸੀਂ ਆਈਡੈਂਟੀਫਾਈ ਨਹੀਂ ਕਰਾਂਗੇ ਸਾਡੇ ਨਾਲ ਇਹ ਗੱਲਾਂ ਫਿਰ ਵਾਪਰਦੀਆਂ ਰਹਿਣੀਆਂ। ਸੋ ਆਉਣ ਵਾਲੇ ਸਮੇਂ 'ਚ ਵੀ ਇਹੀ ਸਮਾਂ ਆਊਗਾ ਜਦੋਂ ਅਸੀਂ ਇਹਨਾਂ ਨਸਲਕੁਸ਼ੀਆਂ ਦੇ ਵਰਤਾਰੇ ਨਾਲ ਨਜਿੱਠਾਂਗੇ, ਫਿਰ ਅਸੀਂ ਇਨਸਾਫ ਮੰਗਾਂਗੇ। ਉਦੋਂ ਪਹਿਲਾਂ ਸਾਡੇ ਕੌਮੀ ਲੀਡਰਾਂ ਨੂੰ ਬੇਨਤੀ ਆ ਵੀ ਇਸ ਸਰਕਲ 'ਚੋਂ ਉਹ ਲੂਪ ਦੀ ਅਸੀਂ ਪਛਾਣ ਕਰੀਏ ਤੇ ਉੱਥੋਂ ਨਿਕਲੀਏ ਤੇ ਕੌਮਾਂ ਤੇ ਆਉਣ ਵਾਲੇ ਸਮੇਂ 'ਤੇ ਕੋਈ ਨਸਲਕੁਸ਼ੀ ਨਾ ਹੋਵੇ। ਪਰ ਅੱਜ ਜਿੱਥੇ ਅਸੀਂ ਖੜ੍ਹੇ ਹਾਂ ਸਮਾਂ ਭਿਆਨਕ ਆ। ਉਹ BJP ਸਰਕਾਰ, ਮੋਦੀ, ਅਮਿਤ ਸ਼ਾਹ ਇਹ ਉਸੇ ਕੜੀ ਨੂੰ ਦੁਹਰਾ ਰਹੇ ਆ ਜਦੋਂ ਇੰਦਰਾ ਸੀ ਤੇ ਉਹਨੇ ਉਸ ਕੜੀ ਨੂੰ ਸਾਡੇ ਤੇ ਲਾਗੂ ਕੀਤਾ ਸੀ। ਉਹੀ ਸਮਾਂ ਵਾਪਸ ਆ ਰਿਹਾ। ਚੁਕੰਨੇ ਰਹੋ, ਪੰਥਕ ਵਿਚਾਰਾਂ ਨੂੰ ਇੱਕ ਹੋ ਕੇ ਇਹ ਕਰੋ ਤੇ ਆਪਾਂ ਇਹਨਾਂ ਵਰਤਾਰਿਆਂ 'ਚੋਂ ਨਿਕਲ ਸਕੀਏ, ਆਉਣ ਵਾਲੇ ਸਮਿਆਂ 'ਚ ਆਪਦੇ ਨੁਕਸਾਨ ਨੂੰ ਬਚਾ ਸਕੀਏ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।